सत श्री अकाल, तुसी पंजाबिस्तान टीवी देख रहे हो। मैं तुहाडे नाल सुखविंदर सिंह, मेरे नाल सीनियर पत्रकार बखतौर सिंह ढिल्लों मौजूद ने। गलबात करांगे कि राम रहीम नूं लैके जिस तरह पंजाब दी सियासत दे विच उबाल देखण नूं मिल रहा। ढिल्लों साहब, स्वागत है जी तुहाडा पंजाबिस्तान टीवी ते। शुक्रिया जी, मेहरबानी। ढिल्लों साहब, किस तरह देखदे हो राम रहीम नूं लैके जो कुछ सामने आ रहा है? बीजेपी दे जिहड़े विजय सांपला ने ਉਹ ਆਪਣੀ ਦਲੀਲ ਦੇ ਰਹੇ ਨੇ, ਬਾਕੀ ਪਾਰਟੀਆਂ ਆਪਣੇ ਪੱਧਰ ਦੇ ਉੱਤੇ ਸੁੱਤੇ ਸਿਆਸਤ ਖੇਡੀ ਜਾ ਰਹੀ ਹੈ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਾਰੇ ਘਟਨਾਕ੍ਰਮ ਨੂੰ, ਜਦੋਂ ਉਹਦੀ ਪੈਰੋਲ ਹੁੰਦੀ ਹੈ ਭਾਵੇਂ ਉਹ ਵਾਪਸ ਜੇਲ੍ਹ ਵਿੱਚ ਜਾ ਚੁੱਕਿਆ? ਦੇਖੋ, ਪਹਿਲੀ ਗੱਲ ਤਾਂ ਸੁਖਵਿੰਦਰ ਜੀ, ਸਾਨੂੰ ਇਹ ਦੇਖਣਾ ਪੈਣਾ ਹੈ ਕਿ ਪੈਰੋਲ ਇੱਕ ਦਿਨ ਦੀ, 12 ਘੰਟਿਆਂ ਦੀ ਜਾਂ 24 ਘੰਟਿਆਂ ਦੀ ਦਿੱਤੀ ਕਿਉਂ ਤੇ ਇਹਦਾ ਮਕਸਦ ਕੀ ਹੈ। ਅਸਲ ਦੇ ਵਿੱਚ ਰਾਮ ਰਹੀਮ ਨੂੰ ਦੋ ਕੇਸਾਂ ਦੇ ਵਿੱਚ ਕੈਦ ਹੋਈ ਹੈ। ਪਹਿਲਾ ਕੇਸ ਹੈ ਦੋ ਸਾਧਵੀਆਂ ਨੂੰ ਆਪਣੀ ਹਬਸ ਦਾ ਸ਼ਿਕਾਰ ਬਣਾਉਣਾ, ਔਰ ਉਹ ਸਾਧਵੀਆਂ ਵੀ ਉਹਦੀਆਂ ਧੀਆਂ ਵਰਗੀਆਂ ਸੀ ਜਿਹੜੀਆਂ ਉਹਨੂੰ ਪਿਤਾ ਜੀ ਕਹਿੰਦੀਆਂ ਹੁੰਦੀਆਂ ਸੀ। ਇਸ ਇੱਕ ਬਣਿਆ ਸੀ, ਦੋਵਾਂ ਨੇ ਇੱਕ ਇੱਕ ਅਨੋਨੀਮਸ ਚਿੱਠੀ ਲਿਖੀ ਹੋਈ ਸੀ, ਗੁਮਨਾਮ ਚਿੱਠੀ ਲਿਖੀ ਸੀ। ਚਿੱਠੀ ਲਿਖੀ ਸੀ ਦੇਸ਼ ਦੇ ਪ੍ਰਾਈਮ ਮਿਨਿਸਟਰ, ਉਸ ਵੇਲੇ ਪ੍ਰਾਈਮ ਮਿਨਿਸਟਰ ਹੁੰਦੇ ਸੀ ਸਾਡੇ ਅਟਲ ਬਿਹਾਰੀ ਵਾਜਪਾਈ ਸੀ, ਵਾਜਪਾਈ ਜੀ, ਔਰ ਉਹਦੀ ਇੱਕ ਕਾਪੀ ਭੇਜੀ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ। ਵਾਜਪਾਈ ਸਾਹਿਬ ਦੀ ਐਪਲੀਕੇਸ਼ਨ ਦਾ ਕੀ ਬਣਿਆ ਉਹਦੀ ਤਾਂ ਕੋਈ ਜਾਣਕਾਰੀ ਨਹੀਂ, ਲੇਕਿਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਜਿਹੜੀ ਐਪਲੀਕੇਸ਼ਨ ਗਈ ਸੀ, ਉਸ ਐਪਲੀਕੇਸ਼ਨ ਨੂੰ ਜਨਹਿਤ ਪਟੀਸ਼ਨ ਮੰਨਦਿਆਂ ਵੇਲੇ ਦੀ ਜਿਹੜੀ ਹਾਈ ਕੋਰਟ ਦੇ ਚੀਫ ਜਸਟਿਸ ਸੀ, ਉਹਨਾਂ ਨੇ CBI ਇਨਕੁਆਇਰੀ ਆਰਡਰ ਕਰਤੀ ਸੀ। CBI ਨੂੰ ਬੜੀ ਮੁਸ਼ਕਤ ਕਰਨੀ ਪਈ, ਬੜੀ ਮਿਹਨਤ ਕਰਨੀ ਪਈ, ਅੜਕੇ ਬੜੇ ਪਈ, ਕਿਉਂਕਿ ਉਸ ਵੇਲੇ ਦਾ ਰਿਜ਼ਾਈਨ ਤੇ ਅੱਜ ਦਾ ਰਿਜ਼ਾਈਨ ਦੇ ਦੇਖੀਏ ਤਾਂ ਇਹ ਲਗਭਗ ਮਿਲਦਾ ਜੁਲਦਾ ਹੀ ਸੀ। ਅੱਜ ਪੰਜਾਬ ਦੇ ਵਿੱਚ ਭਾਵੇਂ ਕਾਂਗਰਸ ਪਾਰਟੀ ਦੀ ਹਕੂਮਤ ਹੈ, ਲੇਕਿਨ ਸੈਂਟਰ ਦੇ ਵਿੱਚ BJP ਦੀ ਹਕੂਮਤ ਹੈ, ਤੇ ਉਸ ਵੇਲੇ ਦੀ ਹਾਲਤ ਇਹ ਸੀ ਕਿ ਉਸ ਵੇਲੇ ਵੀ ਸੈਂਟਰ ਦੇ ਵਿੱਚ BJP ਦੀ ਹਕੂਮਤ ਸੀ ਜਦੋਂ ਇਹ ਚਿੱਠੀ ਲਿਖੀ ਗਈ ਸੀ, ਔਰ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣੀ ਮੁੱਖ ਮੰਤਰੀ ਹੁੰਦੇ ਸੀ। ਸੋ ਅਸੀਂ ਜੇ ਸਾਰੇ ਸਿਲਸਿਲੇ ਨੂੰ ਦੇਖੀਏ ਤਾਂ ਉਹ ਜਿਹੜੀ ਜਦੋਂ ਮੁਕੰਮਲ ਹੋ ਗਈ ਤਫਤੀਸ਼, ਚਾਰਜਸ਼ੀਟ ਦਾਇਰ ਕਰਤੀ, ਜਿਸ ਵੇਲੇ ਇਹ ਫੈਸਲਾ ਹੋਇਆ, ਫੈਸਲੇ ਵੇਲੇ, ਕਿਉਂਕਿ ਫੈਸਲੇ ਤੋਂ ਪਹਿਲਾਂ ਦੋ ਗਵਾਹ ਪੁਗਤੀਆਂ ਸੀ ਅਦਾਲਤ ਵਿੱਚ, ਔਰ ਦੋਨੋਂ ਹੀ ਪੀੜਤ ਜਿਹੜੀਆਂ ਉਹ ਸਾਧਵੀਆਂ ਸੀ, ਦੋਨਾਂ ਪੀੜਤ ਸਾਧਵੀਆਂ ਨੇ ਜਦੋਂ ਆਪੋ ਆਪਣੀ ਵਿਥਿਆ ਦੱਸੀ ਅਦਾਲਤ ਨੂੰ, ਤੇ ਅਦਾਲਤ ਨੇ ਫਿਰ ਦੇਖਿਆ ਕਿ ਭਾਵੇਂ ਕੇਸ ਇੱਕ ਹੈ ਲੇਕਿਨ ਕ੍ਰਾਈਮ ਦੋ ਹੋਏ ਹੈ, ਦੋ ਜਿਹੜੀਆਂ ਹੈਗੀਆਂ ਬੀਬੀਆਂ ਦੇ ਨਾਂ ਨੂੰ ਆਪਣੀ ਹਬਸ ਦਾ ਸ਼ਿਕਾਰ ਬਣਾਇਆ। ਇਸ ਕਰਕੇ ਮਾਣਯੋਗ ਅਦਾਲਤ ਨੇ ਇੱਕ ਕੇਸ ਦੇ ਵਿੱਚ 10 ਸਾਲ ਤੇ ਦੂਜੇ ਕੇਸ ਦੇ ਵਿੱਚ FIR ਇੱਕੋ ਹੀ ਹੈ, FIR ਦੇ ਦੋ ਕੇਸ ਬਣਾ ਤੇ, ਦੋਵਾਂ ਦੇ ਵਿੱਚ ਉਹਨੂੰ 10-10 ਸਾਲ ਦੀ ਕੈਦ ਕਰਤੀ, ਤੇ ਨਾਲ ਅਦਾਲਤ ਨੇ ਇਹ ਵੀ ਲਿਖ ਦਿੱਤਾ ਕਿ ਪਹਿਲਾਂ ਇੱਕ ਟਰਮ, ਇੱਕ ਕੇਸ ਦੀ ਟਰਮ ਖਤਮ ਹੋਊਗੀ ਤਾਂ ਦੂਜੀ ਕੈਦ ਫਿਰ ਸ਼ੁਰੂ ਹੋਊਗੀ, ਭਾਵ ਉਹਨੂੰ ਕੁੱਲ ਮਿਲਾ ਕੇ 20 ਸਾਲ ਜੇਲ੍ਹ ਦੇ ਵਿੱਚ ਕੱਟਣੇ ਪੈਣਗੇ। ਇਹ ਹੈਗਾ ਸਾਧਵੀ ਵਾਲਾ। ਉਸੇ ਸਮੇਂ ਦੇ ਦੌਰਾਨ ਇੱਕ ਹੋਰ ਕਤਲ ਹੋਇਆ ਸੀ, ਉਹ ਸੀ ਪੱਤਰਕਾਰ ਰਾਮ ਚੰਦਰ ਛਤਰਪਤੀ ਦਾ। ਰਾਮ ਚੰਦਰ ਛਤਰਪਤੀ ਦਾ ਗੁਨਾਹ ਇਹ ਸੀ ਕਿ ਸਭ ਤੋਂ ਪਹਿਲਾਂ ਉਹ ਚਿੱਠੀ ਜਿਹੜੀ ਹੈਗੀ ਹੈ, ਜੇ ਹਿੰਦੀ ਦੇ ਕਿਸੇ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ, ਤਾਂ ਉਹ ਰਾਮ ਚੰਦਰ ਛਤਰਪਤੀ ਦਾ ਜਿਹੜਾ ਅਖਬਾਰ ਹੈ ਪੂਰਾ ਸੱਚ, ਉਹਦੇ ਵਿੱਚ ਉਹ ਚਿੱਠੀ ਪ੍ਰਕਾਸ਼ਿਤ ਹੋਈ ਸੀ। ਜਦੋਂ ਚਿੱਠੀ ਪ੍ਰਕਾਸ਼ਿਤ ਹੋ ਗਈ ਤੇ ਉਹ ਤੋਂ ਬਾਅਦ ਫਿਰ ਉਹਦਾ ਅਚਨਚੇਤ ਕਤਲ ਹੁੰਦਾ ਹੈ, ਉਹਨੂੰ ਬਹੁਤ ਬੁਰੀ ਤਰ੍ਹਾਂ ਵੱਡਾ ਕੱਟਿਆ ਜਾਂਦਾ ਹੈ। ਉਹ ਬੰਦਾ ਕਈ ਦਿਨ ਜਿਉਂਦਾ ਰਿਹਾ, ਲੇਕਿਨ ਉਸ ਮੁਕੱਦਮੇ ਦਾ ਜਿਹੜਾ ਹੈਗਾ, ਸ਼ੁਰੂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਉਹ ਮੁਕੱਦਮਾ ਦਰਜ ਨਹੀਂ ਸੀ ਕੀਤਾ, ਉਹਦੀ ਸਟੇਟਮੈਂਟ ਕੋਈ ਰਿਕਾਰਡ ਨਹੀਂ ਸੀ ਕਰਨ ਗਿਆ, ਲੇਕਿਨ ਉਸ ਵੇਲੇ ਜਿਹੜੇ ਸੋਸ਼ਲ ਵਰਕਰ ਆ ਜੋਗਿੰਦਰ ਯਾਦਵ ਹੋਣੀ, ਜੋਗਿੰਦਰ ਯਾਦਵ ਹੋਰਾਂ ਨੇ ਆ ਕੇ ਸਭ ਤੋਂ ਪਹਿਲਾਂ ਪਹਿਲਕਦਮੀ ਕੀਤੀ। ਉਹਨਾਂ ਨੇ ਸਰਸੇ ਦੇ ਵਿੱਚ ਇੱਕ ਛੋਟੀ ਜਿਹੀ ਮੀਟਿੰਗ ਬੁਲਾਈ, ਜਿਹਦੇ ਵਿੱਚ ਕੁਝ 94 ਲੋਕ ਗਏ ਸੀ, ਤੇ ਜੋਗਿੰਦਰ ਯਾਦਵ ਹੋਰਾਂ ਦੀ ਜਿਹੜੀ ਹਿੰਮਤ ਸੀ, ਉਸ ਹਿੰਮਤ ਦੇ ਚੱਲਦਿਆਂ ਉਹ ਕੇਸ ਰਜਿਸਟਰ ਹੋਇਆ। ਤੇ ਇਹ ਵੀ ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਜਿਹੜੇ RS ਚੀਮਾ ਸਾਹਿਬ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਰਹੇ ਹੈ, ਉਹਨਾਂ ਨੇ ਫਿਰ ਉਸ ਵੇਲੇ ਅੰਗੇਜ ਕੀਤੇ ਸੀ ਵਿਦਾਊਟ ਫੀਸ। ਉਹਨਾਂ ਨੇ ਬੇਨਤੀ ਕੀਤੀ ਯਾਦਵ ਹੋਰਾਂ ਨੇ ਕਿ ਤੁਸੀਂ ਇਸ ਕੇਸ ਦੀ ਪੈਰਵੀ ਕਰੋ, ਤੇ ਉਹਨਾਂ ਨੇ ਪੈਰਵੀ ਕੀਤੀ ਸੀ। ਉਸ ਕੇਸ ਦੇ ਵਿੱਚ ਜਿਹੜੇ ਆਪਣੇ ਰਾਮ ਰਹੀਮ ਹੈ, ਇਹਨਾਂ ਨੂੰ ਉਮਰ ਕੈਦ ਹੋਈ ਹੈ। ਸੋ ਇਹ ਦੋ ਕੇਸ ਹੈ, ਕਿਉਂਕਿ ਰਾਮ ਰਹੀਮ ਹਾਲਾਤਾਂ ਦੇ ਵਿੱਚ ਕੈਦ ਹੋਈ ਸੀ। ਉਹਨਾਂ ਹਾਲਾਤਾਂ ਨੂੰ ਤੁਸੀਂ ਦੇਖੋ, ਉਸ ਵੇਲੇ ਜਿਹੜਾ ਹੈਗਾ ਫੈਸਲੇ ਦੀ ਘੜੀ ਆ ਗਈ, ਫੈਸਲੇ ਦੀ ਘੜੀ ਤੋਂ ਪਹਿਲਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਡੇਰਾ ਪ੍ਰੇਮੀ ਆ ਜਿਹੜੇ ਪੰਚਕੂਲੇ ਦੇ ਵਿੱਚ ਇਕੱਤਰ ਹੋ ਜਾਂਦੇ ਹੈ। ਹਰਿਆਣਾ ਸਰਕਾਰ ਦਾ ਮੰਤਰੀ ਜਾ ਕੇ ਲੰਗਰ ਪਾਣੀ ਵਾਸਤੇ ਉਹਨਾਂ ਨੂੰ ਇੱਕ ਮੋਟੀ ਗ੍ਰਾਂਟ ਵੀ ਦਿੰਦਾ ਹੈ, ਔਰ ਸਰਕਾਰ ਹਰਿਆਣੇ ਦੀ ਉਹਦੇ ਪ੍ਰਤੀ ਰਵੱਈਆ ਲਿਹਾਜ਼ੂ ਹੈ।
और इस तरह के हालात बन गए कि उत्थे तो बंदा आ ही नहीं सकता। उस वेले फिर एक वकील ने एक पटीशन दायर की सी पंजाब ते हरियाणा हाई कोर्ट के विच कि एक किस किस्म के हालात पैदा हो गए। इन हालातों के विच जुडिशरी आजादाना तौर पर काम ही नहीं कर सकती, वकीलों नूं आउण जाण नूं प्रॉब्लम आ रही है। तो मेरी जानकारी है कि उस वेले दे एक्टिंग चीफ जस्टिस ने आप गुप्त दौरा करके सारी सिचुएशन देखी सी और बाद विच फिर उन्होंने पंजाब ते अपने हरियाणा की सरकार नूं तलब किया, नाल केंद्र नूं तलब किया, तो यह कहा कि योग प्रबंध करो तो यह पेशी लाजमी होनी चाहिए है। फिर तुसीं देखिया उन्होंने पारामिलिट्री फोर्सिस वास्ते केंद्र नूं भी हुक्म दिता गया, हरियाणा सरकार के उत्ते भी बड़ा प्रैशर बिल्ड किया, अदालत ने कह दिता सी कि कोई अगला सख्त हुक्मना पास करना पै जाए। इन हालातों के डेरा मुखी नूं उत्थे लिजाया गया ते जो डेरा मुखी नूं गिल्टी करार दे दिता, गिल्टी करार देने तो बाद फिर जो उत्थे तांडव नाच होया वो आपां नूं पता ही है। पंचकूला लै लो, सा लै लो, पंजाब के होर थावां ते लै लो, 50 के करीब लोग है जिहड़े उस वेले मारे गए सी, वड्डी तादाद दे विच मारफूक होई सी, मीडिया नूं बड़ियां मुश्किल हालातों के जिहड़ा कम करना पिया सी, मीडिया परसनस दीआं गड्डियां नूं साड़ता सी, उन्हां दे वाइक्स नूं साड़ता सी, इह स्थिति सी। सो उदों तों राम रहीम अंदर आ, राम रहीम नूं सुनारिया जेल ले जाण वास्ते पहलां चंडी मंदर आर्मी दे हैडक्वार्टर लिजाया गया, आर्मी दे हैडक्वार्टर दे विचों फिर एक हैलीकॉप्टर दे जरिए उहनूं सुनारिया जेल पहुंचाया गया और सुनारिया जेल फिर जिहड़ी हैगी आ दो दिन बाद जाके जस्टिस जगदीप सिंह जिहड़े जज सी उस वेले CBI कोर्ट दे, उन्होंने फैसला सुनाया जिहड़े मैं दस्सिया सी कि उन्होंने 20 साल की कैद हुई है, दो मामले 10-10 साल की कैद। हुण इत्थे अगे तुसीं देखो जो एडे भैड़े हालात हो, अगर डेरा मुखी नूं पैरोल मिल जाती है, वह बाहर आ जाता है, तो फिर स्थिति डेरा मुखी ने एक बार बहुत बारी कोशिश की सी कि मैनू बाहर आने की इजाजत दी जाए, लेकिन नहीं। फिर इन्हें एक चारा मारिया सी कि मेरी माँ का ऑपरेशन होना है, उस वेले भी अदालत ने डिनाई करता सी, माँ का ट्रीटमेंट हो रहा सी, फिर इन्हें दोबारा कहा जी मैनू इजाजत दो। तो उस वेले भी कोर्ट ने कस्टोडियल पैरोल दी सी एक दिन की, जाओ तो अपनी माता नूं मिलके तो वापस फिर जी हदायत कर दी सी पुलिस नूं कि इनू वापस सुनारिया जेल च लेके आओ। हुण तुसीं देखणा कुछ दिन पहला डेरा मुखी ने कहा मेरी तबीयत खराब हो गई, PGI रोहतक दाखिल करवाया गया, डॉक्टरां ने पूरी मुआयना कीता, उहदे टैस्ट वगैरह ले गए, लेकिन उन्होंने कह दिता कि बंदा तंदुरुस्त है तो इनू वापस लै जाओ। डेरा मुखी ने कहा परिवारक मैंबरां नूं मिला दिओ, जदों डिनाई करता उन्होंने कहा नहीं, तो वह कहिंदा मैनूं हनीप्रीत नूं मिला दिओ, ये तो भी डिनाई कर। डेरा प्रेमी फिर बाहर आ गया, आ डेरा मुखी फिर अंदर चला गया, अंदरों जाके फिर एमरजेंसी छुट्टी अपलाई करता है। एमरजेंसी छुट्टी की होंदा है कि जे किसी भी बंदी दे कोई हालात अजिहे बन जाण कि उन्हूं लोड है कि परिवारक मैंबरां की देखभाल करे, उस तों बगैर कोई है नहीं, तो फिर सुपरिंटेंडेंट दे कोले पावरां होंदियां, वह 15 दिन की पंजाब जेल मैनुअल के मुताबिक 15 दिन की छुट्टी दे दिंदा है और 15 छुट्टी वास्ते इन्हें अपलाई कर दिता। जेल सुपरिडेंट ने पहला की तरह ही डिस्ट्रिक्ट एडमिनिस्ट्रेशन तो रिपोर्ट मंग ली कि दसो तुहाडा इहदे बारे की कहना है, कि तुसी नो ऑब्जेक्शन सर्टिफिकेट दिंदे हो, लेकिन इन्हां हालातों के जो डेरा मुखी का पता कि उन्हें सज़ा किवें हुई, किस किस्म का उस वेले मंजर बनिया सी, कोई भी ऑफिसर जाति तौर पर यह रिस्क लैण नूं तैयार नहीं। बेशक हरियाणा सरकार का उहदे प्रति रवैया लिहाजू है, हरियाणा की सरकार चाहती है कि इहनूं पैरोल दे दित्ती जाए, तो पैरोल लैण का मतलब भी की है। इतने हूँ मैं तुम्हें अगली नोट कल नोट करा कि जे इन एक दिन की भी पैरोल मिल गई विदाउट कस्टडी, सिर्फ वो जी अपनी जी सिक्योरिटी आवे जी जैन प्लस सिक्योरिटी दी हुई है, एक बार जो राह खुल गया तो फिर उन्होंने अगली जी है रेगूलर छुट्टी मिल सकती है। तुम्हें पता साल के छुट्टियां दो मिल दी, एक बार फरलो भी मिलती है, वह रेगूलर छुट्टी के नाल फिर बंदा आके अपना कारोबार कर लेंदा है, क्योंकि यह अपने आप को धार्मिक मुखी कहाउंदा, इन्हें अपने धर्म कर्म वाला गल करना है। लेकिन इस वेले की स्थिति डेरे की हालत बड़ी माड़ी है, डेरे कई ग्रुप बने हुए हैं, उन्होंने ग्रुपा भी करना है, नाल डेरा मुखी भी बाहर आना चाहता है। मैं तुम्हें याद करा दविंदर पाल सिंह भुल्लर है, दविंदर पाल सिंह भुल्लर डैथ सेंटेंस हुई सी, मौत की सजा हुई सी, प्रेशर बिल्ड वजह कारण उन्होंने जी सुप्रीम कोर्ट के जी है दोबारा फिर जी है, क्योंकि उन्होंने अद्धों बद कैद कट ली सी अपनी, ज्यादा अद्धों बद की पूरी कट ली सी जिनी एक मर्डर केस के कटी दी है। तब सुप्रीम कोर्ट ने कहा सी कि एक केस दे विच दो सजावा नहीं हो सकदियां, जिन्नी मर्डर दे विच कैद हुंदी है उन्नी ते इकट्ठी बैठा है, इसलिए दविंदर पाल सिंह भुल्लर दी जिहड़ी है डैथ सेंटेंस है जिहड़ी ओह लाइफ दे विच कन्वर्ट कर दित्ती जावे, ओह लाइफ दे विच कन्वर्ट हो गई सी। और दविंदर पाल सिंह भुल्लर नूं पंजाब क्यों लिआंदा गया, क्यों जिहड़े साडा
ਭਾਈਚਾਰਾ ਡਿਮਾਂਡ ਕਰਦਾ ਸੀ ਕਿ ਉਹਨੂੰ ਪੰਜਾਬ ਲਿਆਂਦਾ ਜਾਵੇ, ਉਹ ਇਹ ਚਾਹੁੰਦੇ ਸੀ ਕਿ ਦਿੱਲੀ ਦੇ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਨੂੰ ਕਿਸੇ ਨੇ ਪੈਰੋਲ ਨਹੀਂ ਦੇਣੀ। ਜੇ ਉਹ ਪੰਜਾਬ ਆ ਗਿਆ, ਪੰਜਾਬ ਦੇ ਉਹਨੂੰ ਜਿਹੜੀ ਪੈਰੋਲ ਮਿਲ ਸਕਦੀ ਹੈ, ਪੰਜਾਬ ਲਿਆਂਦਾ ਗਿਆ ਉਹਨੂੰ ਪੈਰੋਲ ਦਿੱਤੀ ਗਈ, ਪੈਰੋਲ ਦੇ ਪੈਰੋਲ ਤੋਂ ਬਾਅਦ ਦਵਿੰਦਰਪਾਲ ਸਿੰਘ ਭੁੱਲਰ ਫਿਰ ਜੇਲ੍ਹ ਚਲਾ ਜਾਂਦਾ ਹੈ ਔਰ ਫਿਰ ਉਹਨੂੰ ਲਗਾਤਾਰ ਪੈਰੋਲ ਮਿਲਣੀ ਸ਼ੁਰੂ ਹੋ ਗਈ। ਸੋ ਡੇਰਾ ਮੁਖੀ ਦੀ ਕੋਸ਼ਿਸ਼ ਵੀ ਇਹ ਹੈ ਕਿ ਇੱਕ ਵਾਰੀ ਨੇਕ ਚੱਲਣੀ, ਇਹਨੂੰ ਅਸੀਂ ਕਹਿੰਦੇ ਨੇਕ ਚੱਲ, ਠੀਕ ਚਾਲ ਚੱਲਣ, ਕਿ ਮੈਨੂੰ ਜੇ ਠੀਕ ਚਾਲ ਚੱਲਣ ਦਾ ਸਰਟੀਫਿਕੇਟ ਮਿਲ ਜੇ ਤਾਂ ਮੇਰੀ ਜਿਹੜਾ ਹੈਗਾ ਰਾਹ ਖੁੱਲ ਜੇ ਬਾਹਰ ਆਉਣ ਦਾ। ਔਰ ਉਹ ਠੀਕ ਚਾਲ ਦਾ ਸਰਟੀਫਿਕੇਟ ਬੰਦੇ ਨੂੰ ਉਦੋਂ ਮਿਲਦਾ ਜਦੋਂ ਉਹਨੂੰ ਇੱਕ ਵਾਰੀ ਪੈਰੋਲ ਦੇ ਦਿੱਤੀ ਜਾਵੇ ਤੇ ਸੁੱਖੀ ਸਾਂਦੀ ਬਗੈਰ ਕੋਈ ਗੜਬੜ ਕੀਤਿਆਂ ਲਾ ਐਂਡ ਆਰਡਰ ਨੂੰ ਨੁਕਸਾਨ ਪਹੁੰਚਾਏ ਤੋਂ ਬਗੈਰ ਜੇ ਉਹ ਵਾਪਸ ਜੇਲ੍ਹ ਦੇ ਵਿੱਚ ਆ ਜਾਏ ਤਾਂ ਫਿਰ ਆਟੋਮੈਟਿਕਲੀ ਜਿਹੜੀ ਹੈ ਛੁੱਟੀ ਵਾਲਾ ਪ੍ਰੋਸੈਸ ਸ਼ੁਰੂ ਹੋ ਜਾਂਦਾ, ਫਿਰ ਦੁਬਾਰਾ ਪੁਲਿਸ ਤੋਂ ਰਿਪੋਰਟ ਲੈਣ ਦੀ ਲੋੜ ਨਹੀਂ। ਇਸ ਵਾਸਤੇ ਮਤਲਬ ਉਹਦੇ ਵੱਲੋਂ ਤਾਂ ਸੁਖਵਿੰਦਰ ਜੀ ਚਾਰਾ ਸੀ ਇਹ। ਦੂਜੇ ਪਾਸੇ ਕਿਉਂਕਿ ਪੰਜਾਬ ਦੇ ਵਿੱਚ ਹੋਣੀ ਹੈ 2022 ਚ ਅਗਲੇ ਸਾਲ ਇਲੈਕਸ਼ਨ ਹੋਣੀ ਹੈ, ਤੁਸੀਂ ਦੇਖੋ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇਹ ਗੱਲ ਕਹੀ ਹੈ ਕਿ 117 ਸੀਟਾਂ ਦੇ ਬੰਦੇ ਖੜੇ ਕਰਾਂਗੇ ਔਰ ਮੁੱਖ ਮੰਤਰੀ ਗਲਤ ਭਾਈਚਾਰੇ ਚੋਂ ਵੀ ਹੋਊਗਾ, ਡਿਕਲੇਅਰ ਭਾਵੇਂ ਹਜੇ ਨਹੀਂ ਕੀਤਾ ਲੇਕਿਨ ਪਤਾ ਲੱਗਦਾ ਕਿ ਸੋਮ ਪ੍ਰਕਾਸ਼ ਹੀ ਚਿਹਰਾ ਹੋ ਸਕਦਾ। ਉਹਦੇ ਕਾਰਨ ਦੋ ਹੈ ਕਿ ਕੋਈ ਸੋਮ ਪ੍ਰਕਾਸ਼ ਤਾਂ ਦਲਿਤ ਭਾਈਚਾਰੇ ਚੋਂ ਆਉਂਦੇ ਹੈ, IAS ਤਾਂ ਹੈਗੇ ਆ ਸਾਬਕਾ, ਨਾਲ ਜਿਹੜਾ ਉਹਨਾਂ ਦਾ ਚਿਹਰਾ ਮੋਹਰਾ ਜਾਪ ਜੇ ਆਪਾਂ ਦੇਖੀਏ ਤਾਂ ਚਿਹਰੇ ਮੋਹਰੇ ਤੋਂ ਹਿੰਦੂ ਜਾਪਦੇ। ਭਾਰਤੀ ਜਨਤਾ ਪਾਰਟੀ ਦਾ ਹਾਲ ਪੰਜਾਬ ਦੇ ਵਿੱਚ ਕੀ ਹੈ ਆਪਾਂ ਕਿਸਾਨ ਅੰਦੋਲਨ ਦੌਰਾਨ ਦੇਖ ਹੀ ਲਿਆ, ਉਹਨਾਂ ਦਾ ਹਾਲ ਬੜਾ ਮਾੜਾ ਹੈ। ਸੋ ਉਹ ਦੁਬਾਰਾ ਫਿਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਣ ਵਾਸਤੇ ਜੋ ਉਹਨਾਂ ਨੇ ਸਿਲਸਿਲਾ ਬੁਣਿਆ, ਜੋ ਉਹਨਾਂ ਨੇ ਆਪਣਾ ਤਾਣਾ ਬੁਣਿਆ, ਉਹ ਤਾਣਾ ਉਹਨਾਂ ਨੇ ਬੁਣਿਆ ਹੈ ਕਿ ਇੱਕ ਪਾਸੇ ਦਲਿਤ ਭਾਈਚਾਰੇ ਨੂੰ ਨਾਲ ਲਓ, ਦੂਜੇ ਪਾਸੇ ਡੇਰਾ ਪ੍ਰੇਮੀ ਨਾਲ ਲਓ, ਤੀਜੇ ਪਾਸੇ ਜਿਹੜੇ ਭਗਤ ਜਨ ਹੈਗੇ ਆ ਹਿੰਦੂ ਤਬ ਦੇ ਨਾਲ ਲੱਗੇ ਵੀ ਉਹ ਨਾਲ ਆਉਣ। ਔਰ ਇਸੇ ਕਰਕੇ ਉਹ ਇਹ ਚਾਹੁੰਦੇ ਆ ਕਿ ਡੇਰਾ ਪ੍ਰੇਮੀ ਦੀ ਸਪੋਰਟ, ਡੇਰਾ ਮੁਖੀ ਦੀ ਸਪੋਰਟ ਲਈ ਜਾਵੇ ਤਾਂ ਕਿ ਡੇਰਾ ਪ੍ਰੇਮੀ ਥੋਕ ਦੇ ਵਿੱਚ ਉਹਨਾਂ ਨੂੰ ਭੁਗਤਣ। ਮਾਲਵੇ ਦਾ ਖਿੱਤਾ ਹੈ ਜਿੱਥੇ ਅਕਾਲੀ ਦਲ ਦਾ ਵੀ ਦਬਦਬਾ ਹੈ, ਜਿੱਥੇ ਕਾਂਗਰਸ ਪਾਰਟੀ ਦਾ ਵੀ ਜੋੜ ਹੈ, ਇੱਥੇ ਉਹਨਾਂ ਨੂੰ ਉਹਨਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਕਿਉਂਕਿ ਡੇਰਾ ਮੁਖੀ ਤੇ ਡੇਰਾ ਪ੍ਰੇਮੀਆਂ ਦਾ ਇੱਥੇ ਕਾਫੀ ਚੰਗਾ ਪ੍ਰਭਾਵ ਹੈ, ਇਸ ਪ੍ਰਭਾਵ ਨੂੰ ਉਹ ਕੈਚ ਕਰਾਉਣ ਵਾਸਤੇ ਇਹ ਗੱਲ ਚਾਹੁੰਦੇ ਆ ਕਿ ਡੇਰਾ ਮੁਖੀ ਦੇ ਨਾਲ ਸਾਡੇ ਰਿਲੇਸ਼ਨ ਜਿਹੜੇ ਹੈਗੇ ਆ ਉਹ ਦੋਸਤਾਨਾ ਹੋ ਜਾਣ। ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਉਹ ਜਿਹੜਾ ਵਿਅਕਤੀ ਹੈ ਜਿਹਨੇ ਉਹ ਅਰਦਾਸ ਕੀਤੀ ਹੈ, ਪਹਿਲੀ ਗੱਲ ਤਾਂ ਉਸ ਵਿਅਕਤੀ ਦੀ ਮਾਨਸਿਕ ਹਾਲਤ ਦੇਖਣ ਵਾਲੀ ਕੀ ਹੈ, ਮੈਂ ਉਹਨੂੰ ਜਾਤੀ ਤੌਰ ਤੇ ਜਾਣਦਾ, ਬੜੀ ਚੰਗੀ ਤਰ੍ਹਾਂ ਜਾਣਦਾ, ਪਿਛਲੇ 4-5 ਸਾਲਾਂ ਤੋਂ ਉਹ ਅਕਸਰ ਜਿਹੜਾ ਹੈਗਾ ਮੈਂਟਲੀ ਡਿਸਆਰਡਰ ਹੋ ਜਾਂਦਾ ਹੈ ਔਰ ਉਹਦੇ ਕੋਲ ਇੱਕ ਜੀਪ ਜਿਹੜੀ ਹੁੰਦੀ ਹੈ ਪਿਕਅਪ, ਅਸੀਂ ਆਪ ਦੇਖੀ ਹੈ, ਉਹਦੇ ਉੱਤੇ ਉਹਨੇ ਲਾਲ ਲਾਈਟਾਂ ਲਾਈਆਂ ਹੋਈਆਂ ਜਿਵੇਂ ਵੱਡੀਆਂ ਵੱਡੀਆਂ ਲਾਈਟਾਂ ਲੱਗੀਆਂ ਹੁੰਦੀਆਂ ਪੁਲਿਸ ਵਾਲਿਆਂ ਦੇ, ਸਪੀਕਰ ਉਹਦੇ ਉੱਤੇ ਬੀੜਿਆ ਹੁੰਦਾ, ਹੱਥ ਦੇ ਵਿੱਚ ਉਹਦੇ ਇੱਕ ਮੋਟਾ ਟੰਬਾ ਫੜਿਆ ਹੁੰਦਾ ਔਰ 2017 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਉਹ ਕਹਿੰਦਾ ਹੁੰਦਾ ਸੀ ਮੈਂ ਪੰਜਾਬ ਦਾ ਮੁੱਖ ਮੰਤਰੀ ਬਣੂੰਗਾ ਤੇ ਮੇਰਾ ਚੋਣ ਨਿਸ਼ਾਨਾ ਟੰਬਾ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਜਿਹੜਾ ਡਿਸਟ੍ਰਿਕਟ ਕੰਪਲੈਕਸ ਹੈ ਉੱਥੇ ਆ ਕੇ ਅਕਸਰ ਹੀ ਉਹ ਭਾਸ਼ਣ ਵੀ ਕਰਦਾ, ਉਹਨੂੰ ਲੋਕ ਜਿਹੜੇ ਹੈਗੇ ਇਗਨੋਰ ਕਰ ਦਿੰਦੇ ਸੀ। ਇਹ ਜਿਹੜਾ ਜਿਹੜੀ ਬੀੜ ਤਲਾਬ ਬਸਤੀਆਂ 4-5 ਬਸਤੀਆਂ, ਇਹਨਾਂ 4-5 ਬਸਤੀਆਂ ਵਿੱਚੋਂ ਪਾਕਿਸਤਾਨ ਦੇ ਵਿੱਚ ਆਇਆ ਦਲਿਤ ਭਾਈਚਾਰਾ ਜਿਹੜਾ ਮਾਈਗ੍ਰੇਟ ਹੋ ਕੇ ਆਇਆ ਸੀ 47 ਦੇ ਵਿੱਚ ਉਹ ਵੱਸਦਾ, ਇੱਥੇ ਡੇਰਾ ਪ੍ਰੇਮੀਆਂ ਦਾ ਦਬਦਬਾ ਵੀ ਹੈਗਾ, ਬੋਲਬਾਲਾ ਵੀ ਹੈਗਾ ਔਰ ਉਹਦੀ ਵਾਈਫ ਜਿਹੜੀ ਹੈਗੀ ਹੈ ਗੁਰਮੇਲ ਸਿੰਘ ਦੀ, ਉਹ ਉੱਥੋਂ ਬਣੀ ਹੋਈ ਹੈ ਪਿੰਡ ਦੀ ਸਰਪੰਚ ਔਰ ਡੇਰਾ ਪ੍ਰੇਮੀਆਂ ਨੇ ਉਹਨਾਂ ਵੋਟਾਂ ਪਾਈਆਂ, ਉੱਥੇ ਕਾਂਗਰਸ ਦਾ ਕੈਂਡੀਡੇਟ ਵੀ ਹਾਰ ਗਿਆ ਸੀ ਤੇ ਅਕਾਲੀ ਦਲ ਦਾ ਕੈਂਡੀਡੇਟ ਵੀ ਹਾਰ ਗਿਆ ਸੀ। ਸੋ ਥੋੜ੍ਹਾ ਜਿਹਾ ਲਗਾਤਾਰ ਉਹਦਾ ਡੇਰੇ ਦੇ ਨਾਲ ਇਹ ਸੀ, ਲੇਕਿਨ ਜਿਸ ਢੰਗ ਦੇ ਨਾਲ ਉਹਨੇ ਇਹ ਅਰਦਾਸ ਕੀਤੀ ਆ, ਇਹ ਤੋਂ ਪਹਿਲਾਂ ਤੁਸੀਂ ਦੇਖੋ ਉਹਦੀਆਂ ਇੱਕ ਨਹੀਂ ਵੀਡੀਓ, 3 ਵੀਡੀਓ ਰਿਲੀਜ਼ ਹੋਈਆਂ। ਇੱਕ ਵੀਡੀਓ ਦੇ ਵਿੱਚ ਬਿਲਕੁਲ ਸਾਫ਼ ਖੜਾ, ਉਹਦੇ 'ਚ ਸਫੈਦ ਕੱਪੜੇ ਪਾਏ ਆ, ਉਹਨੇ ਅਰਦਾਸ ਕੀਤੀ ਹੈ। ਉਹ ਵੀਡੀਓ ਜਿਹੜੀ ਹੈਗੀ ਆ ਉਹਦੇ ਉੱਤੇ ਤੁਸੀਂ ਦੇਖਿਆ ਕਿ ਉਹ ਮੋਬਾਈਲ ਸਿੱਧਾ ਕਰਕੇ ਕੀਤੀ ਹੈ, ਲੇਕਿਨ ਉਹ ਟੀਵੀ ਚੈਨਲ ਤੇ ਠੀਕ ਨਹੀਂ ਸੀ ਆਉਂਦੀ, ਫਿਰ ਇਹ ਕੋਸ਼ਿਸ਼ ਕੀਤੀ ਕਿ ਟੀਵੀ ਚੈਨਲ ਤੇ ਠੀਕ ਆਵੇ ਤੇ ਫਿਰ ਇੱਕ ਕੌਨਸਪਰੇਸੀ ਦੇ ਨਾਲ ਉਸ ਬੰਦੇ ਨੂੰ ਤਿਆਰ ਕੀਤਾ ਗਿਆ ਕਿ ਤੂੰ ਆਪਣੇ ਨੀਲਾ ਚੋਗਾ ਪਾਉਣਾ, ਨੀਲਾ ਚੋਲਾ ਪਾਇਆ ਹੋਇਆ ਉਸ ਬੰਦੇ ਦੇ, ਉਹਦੇ ਗਲ ਦੇ ਵਿੱਚ ਹੈਗਾ ਕੇਸਰੀ ਸਰੋਪਾਉ ਸਾਹਿਬ ਪਾਇਆ ਹੋਇਆ ਔਰ ਹੱਥ ਦੇ ਵਿੱਚ ਜਿਹੜਾ ਹੈਗਾ ਬਰਸ਼ਾ ਫੜਿਆ ਹੋਇਆ। ਅੱਜ ਤੱਕ ਤੁਸੀਂ ਕਿੰਨੀਆਂ ਅਰਦਾਸਾਂ ਹੁੰਦੀਆਂ ਦੇਖੀਆਂ, ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਦੇਖਿਆ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਰਦੇ ਹੋਈਏ ਅਰਦਾਸ ਤੇ ਹੱਥ ਦੇ ਵਿੱਚ ਬਰਸ਼ਾ ਨਹੀਂ ਆਉਂਦਾ। ਇਹ ਪਹਿਲੀ ਵਾਰੀ ਬਰਸ਼ਾ ਫੜਿਆ ਦੇਖਿਆ ਵੈ, ਉਹਨੂੰ ਇਸ ਢੰਗ ਦੇ ਨਾਲ ਬਣਾਇਆ ਵੈ। ਉਹ ਡਾਕਟਰ ਗੁਰਮੀਤ ਰਾਮ ਰਹੀਮ ਕਹਿ ਕੇ ਅਰਦਾਸ ਕਰਦਾ ਹੈ, ਨਾਲ ਉਹ ਪ੍ਰਧਾਨ ਮੰਤਰੀ ਸ਼ਲਾਘਾ ਕਰਦਾ ਕਿ ਉਹ ਦਲਿਤ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ, ਆਪਣਾ ਚੀਫ ਮਿਨਿਸਟਰ ਬਣਾਉਣਾ ਚਾਹੁੰਦੇ ਆ ਸਟੇਟ ਦਾ। ਉਹ ਨਾਲ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ, ਵਿੱਤ ਮੰਤਰੀ ਨੂੰ ਵੀ ਕ੍ਰਿਟੀਸਾਈਜ਼ ਕਰਦਾ ਕਿ ਉਹਨਾਂ ਨੇ ਦਲਿਤਾਂ ਦਾ ਕੁਛ ਨਹੀਂ ਕੀਤਾ। ਉਹ ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਸੁਖਵੀਰ ਸਿੰਘ ਬਾਦਲ ਨੂੰ ਵੀ ਕ੍ਰਿਟੀਸਾਈਜ਼ ਕਰਦਾ ਕਿ ਕੌਂਸਪਰੇਸੀ ਦੇ ਤਹਿਤ ਉਹਨੇ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚ ਸੁਟਵਾ ਦਿੱਤਾ। ਇਹ ਸਾਰੀਆਂ ਗੱਲਾਂ ਕਰਕੇ ਉਹ ਬੰਦਾ ਅਰਦਾਸ ਕਰਦਾ, ਫਿਰ ਤੁਸੀਂ ਦੇਖੋ ਕਿ ਉਹ ਜਿਹੜੀ ਹੈਗੀ ਹੈ ਖਬਰ ਜਿਹੜੀ ਉਹ ਵੀਡੀਓ ਸਾਰਥ ਕਿੱਥੇ ਹੁੰਦੀ ਹੈ।
ਉਹ ਪ੍ਰਸਾਰਿਤ ਟੀਵੀ ਚੈਨਲ ਤੇ ਹੁੰਦੀ ਹੈ ਜਿਹੜਾ ਟੀਵੀ ਚੈਨਲ ਕਾਰਪੋਰੇਟ ਘਰਾਣਿਆਂ ਦਾ ਹੈ ਔਰ ਉਹ ਕਾਰਪੋਰੇਟ ਘਰਾਣਿਆਂ ਦੇ ਟੀਵੀ ਚੈਨਲ ਦੇ ਉੱਤੇ ਚਲਾ ਕੇ ਇੱਕਦਮ ਸਾਰੀ ਦੁਨੀਆਂ ਦੇ ਵਿੱਚ ਹੋ ਹੱਲਾ ਮੱਚ ਗਿਆ ਉਹਨੂੰ ਇਸ ਤਰ੍ਹਾਂ ਬਣਾਤਾ ਕਿ ਜਿਵੇਂ ਉਹ ਸੱਚਮੁੱਚ ਦਾ ਗ੍ਰੰਥੀ ਹੈ ਉਹ ਸੱਚਮੁੱਚ ਦਾ ਗ੍ਰੰਥੀ ਨਹੀਂ ਉਹ ਇੱਕ ਕਬੀਲਦਾਰ ਬੰਦਾ ਉਸ ਬਸਤੀ ਦੇ ਵਿੱਚ ਦੋ ਗੁਰਦੁਆਰੇ ਸਾਹਿਬ ਹੈ ਇੱਕ ਗੁਰਦੁਆਰੇ ਦੇ ਵਿੱਚ ਉਹਨੇ ਜਾਣ ਦੀ ਕੋਸ਼ਿਸ਼ ਕੀਤੀ ਪਹਿਲੇ ਦੇ ਵਿੱਚ ਭਾਈ ਜੀ ਨੇ ਰੋਕਤਾ ਕਿ ਨਹੀਂ ਤੈਨੂੰ ਕੋਈ ਇਜਾਜ਼ਤ ਨਹੀਂ ਤੂੰ ਅਵਲੀਆਂ ਸਵਲੀਆਂ ਮਾਰਦਾ ਅਸੀਂ ਨਹੀਂ ਕਰ ਦੇਵਾਂਗੇ ਫਿਰ ਆਪਣੇ ਘਰ ਤੋਂ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ ਹੈ ਫਿਰ ਇਮੀਡੀਏਟ ਤੁਸੀਂ ਦੇਖੋ ਕਿ ਜਦੋਂ ਉਸ ਬੰਦੇ ਨੂੰ ਕਿਉਂਕਿ ਉਹਨੇ ਜਿਹੜੀ ਅਰਦਾਸ ਕੀਤੀ ਹੈ ਇਹਨੂੰ ਅਸੀਂ ਪ੍ਰਵਾਨਤ ਅਰਦਾਸ ਨਹੀਂ ਕਹਿ ਸਕਦੇ ਜਿਹੜੀ ਸਾਡੀ ਪ੍ਰਵਾਨਤ ਅਰਦਾਸ ਆ ਉਹ ਨਹੀਂ ਉਸ ਅਰਦਾਸ ਦੇ ਵਿੱਚ ਜਿਸ ਕਿਸਮ ਦੀਆਂ ਉਹ ਗੱਲਾਂ ਕਰਦਾ ਹੈ ਉਹਨਾਂ ਗੱਲਾਂ ਦੀ ਵਜ੍ਹਾ ਕਾਰਨ ਸਿੱਖ ਭਾਈਚਾਰੇ ਦਾ ਨਾਰਾਜ਼ ਹੋਣਾ ਜ਼ਰੂਰੀ ਸੀ ਔਰ ਸਿੱਖ ਭਾਈਚਾਰੇ ਨੇ ਕੰਪਲੇਂਟ ਕੀਤੀ ਜਦੋਂ ਉਹ ਵੀਡੀਓ ਵਾਇਰਲ ਹੋ ਗਈ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਐਕਟਿਵ ਹੋ ਗਈ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਜਿਹੜਾ ਸੀ ਜਿਹੜੇ ਸੀ ਕੋਟਕਪੂਰਾ ਕਾਂਡ ਕੋਟਕਪੂਰਾ ਕਾਂਡ ਦੀ ਫੀਸ ਜਿਹੜੀ ਹੈ ਸੁਪਰੀਮ ਹਾਈ ਕੋਰਟ ਨੇ ਰੱਦ ਕਰ ਦਿੱਤੀ ਐਸ ਆਈ ਟੀ ਭੰਗ ਕਰ ਦਿੱਤੀ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਪੂਰਾ ਅਵਾਲਾ ਆਇਆ ਹੋਇਆ ਹੈ ਔਰ ਬੁਰੇ ਹਾਲਾਤ ਤੇ ਬੈਂਕੇ ਦਿਹਾੜੇ ਕਾਂਗਰਸ ਪਾਰਟੀ ਦੀ ਸਰਕਾਰ ਇਉਂ ਲੱਗਦੀ ਹੈ ਕਿ ਹੁੰਡਗੀ ਕੇ ਹੁੰਡਗੀ ਇਹਨਾਂ ਹਾਲਾਤਾਂ ਵਿੱਚ ਇੱਕ ਬੰਦੇ ਨੂੰ ਇਸ ਤਰ੍ਹਾਂ ਉਹਦਾ ਆਉਣਾ ਪ੍ਰਗਟ ਹੋਣਾ ਉਹਨੇ ਅਰਦਾਸ ਕਰਨੀ ਉਚੇਚੇ ਤੌਰ ਦੇ ਉੱਤੇ ਫਿਰ ਉਹਨੂੰ ਤੁਸੀਂ ਦੇਖਿਆ ਹੈ ਵੀ ਇੱਕ ਉਹ ਟੀਵੀ ਚੈਨਲ ਦੇ ਉੱਤੇ ਚਲਾਈ ਜਾਂਦੀ ਹੈ ਕਿਵੇਂ ਟੀਵੀ ਚੈਨਲ ਦਾ ਕੈਮਰਾਮੈਨ ਅਰਲੀ ਇਨ ਦੀ ਮਾਰਨਿੰਗ ਉੱਥੇ ਜਾਂਦਾ ਹੈ ਬਾਅਦ ਦੇ ਵਿੱਚ ਹੋਰ ਟੀਵੀ ਚੈਨਲ ਜਦੋਂ ਗਏ ਆ ਤੇ ਉਹ ਭਾਈ ਜੀ ਦੱਸਦਾ ਗ੍ਰੰਥੀ ਜਿਹੜਾ ਉਸ ਗੁਰਦੁਆਰੇ ਦਾ ਹੈ ਕਿ ਜਦੋਂ ਉਹ ਬੰਦਾ ਆਇਆ ਉਹਦੇ ਨਾਲ ਇੱਕ ਪੱਤਰਕਾਰ ਵੀ ਆਇਆ ਸੀ ਇਹ ਸਾਰੀਆਂ ਚੀਜ਼ਾਂ ਵਧੀਆ ਕੀ ਹੈ ਕਿ ਇੱਕ ਗਿਣੀਮਿੱਠੀ ਸਾਜ਼ਿਸ਼ ਸੀ ਫਿਰ ਭਾਰਤੀ ਜਨਤਾ ਪਾਰਟੀ ਦਾ ਸਕੱਤਰ ਸੁਖਪਾਲ ਸਿੰਘ ਸਰਾ ਉਹ ਜਿਹੜਾ ਹੈਗਾ ਤੁਹਾਡਾ ਮਿਨੋਰਟੀ ਐਸ ਸੀ ਐਸ ਟੀ ਕਮਿਸ਼ਨ ਨੂੰ ਮੇਲ ਭੇਜਦਾ ਉਹ ਕਹਿੰਦਾ ਜੀ ਪੁਲਿਸ ਨੇ ਗਲਤ ਪੜਿਆ ਵਾ ਭਾਰਤੀ ਜਨਤਾ ਪਾਰਟੀ ਦੇ ਦੁਆਲੇ ਐਕਟਿਵ ਹੋ ਜਾਂਦੀ ਹੈ ਉਹਨਾਂ ਦਾ ਆਈ ਟੀ ਸੈੱਲ ਜਿਹੜਾ ਹੈਗਾ ਉਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਇਸ ਬੰਦੇ ਨੂੰ ਸਾਨੂੰ ਪ੍ਰੋਟੈਕਟ ਕਰਨਾ ਚਾਹੀਦਾ ਸਾਰਾ ਕੁਛ ਦਰਸਾਉਂਦਾ ਕੀ ਹੈ ਜੇ ਇਹਨੂੰ ਅਸੀਂ ਇਹ ਦੇਖੀਏ ਦਰਸਾਉਂਦਾ ਕਿ ਪੰਜਾਬ ਦੇ ਵਿੱਚ ਗੜਬੜ ਕੀਤੀ ਜਾਵੇ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਟੈਰਰਾਈਜ਼ ਕੀਤਾ ਜਾਵੇ ਔਰ ਜਦੋਂ ਵੀ ਇਲੈਕਸ਼ਨ ਹੋਈ ਹੈ ਜੇ 1978 ਤੋਂ ਤੁਸੀਂ ਦੇਖ ਲਓ 1978 ਤੋਂ ਇਹ ਵਰਤਾਂਤ ਸ਼ੁਰੂ ਹੋਇਆ ਹੈ ਜਦੋਂ ਇਲੈਕਸ਼ਨ ਹੁੰਦੀ ਹੈ ਇਲੈਕਸ਼ਨ ਤੋਂ ਪਹਿਲਾਂ ਇਸ ਕਿਸਮ ਦਾ ਪ੍ਰਪੰਚ ਰਚਿਆ ਜਾਂਦਾ ਹੈ ਔਰ ਪ੍ਰਪੰਚ ਰਚ ਕੇ ਹਿੰਦੂ ਭਾਈਚਾਰੇ ਨੂੰ ਟੈਰਰਾਈਜ਼ ਕੀਤਾ ਜਾਵੇ ਦਲਿਤ ਭਾਈਚਾਰੇ ਨੂੰ ਆਪਣੇ ਪਿੱਛੇ ਲਾਮਬੰਦ ਕੀਤਾ ਜਾਵੇ ਡੇਰਾ ਪ੍ਰੇਮੀਆਂ ਦੀ ਸਪੋਰਟ ਲਈ ਜਾਵੇ ਤੇ ਇੱਥੇ ਜਿਹੜੀ ਹੈਗੀ ਹੈ ਜਿਵੇਂ ਹਰਿਆਣੇ ਦੇ ਵਿੱਚ ਚੁਟਾਲਿਆਂ ਸਾਹਮਣੇ ਕਰਕੇ ਸਾਰੀਆਂ ਜਿਹੜੀਆਂ ਗੈਰ ਜਾਤ ਭਾਈਚਾਰੇ ਹੈ ਉਹਦੇ ਵਿੱਚ ਦਲਿਤ ਭਾਈਚਾਰਾ ਵੀ ਆ ਗਿਆ ਉਹਦੇ ਵਿੱਚ ਪੰਜਾਬੀ ਭਾਈਚਾਰਾ ਵੀ ਆ ਗਿਆ ਉਹਦੇ ਵਿੱਚ ਦੂਜੇ ਭਾਈਚਾਰੇ ਵੀ ਆ ਗਏ ਉਹਨਾਂ ਨੂੰ ਆਰਗਨਾਈਜ਼ ਸਾਰਿਆਂ ਨੂੰ ਇਕੱਠਿਆਂ ਕਰਕੇ ਤੇ ਉੱਥੇ ਬੀਜੇਪੀ ਦੀ ਹਕੂਮਤ ਬਣਾਈ ਹੈ ਉਸ ਕਿਸਮ ਦੀ ਹਕੂਮਤ ਬਣਾਉਣੀ ਚਾਹੁੰਦੇ ਹੈ ਲੇਕਿਨ ਮੈਂ ਇੱਥੇ ਇੱਕ ਚੇਤਾਵਨੀ ਦੇਣਾ ਵਾਰਨਿੰਗ ਦੇਣਾ ਚਾਹੁੰਦਾ ਮੈਂ ਹਾਲਾਤ ਦੇਖੇ ਹੈ ਅਸੀਂ ਜਿਹੜਾ ਉਹ ਪੁਰਾਣਾ ਜਿਹੜਾ ਉਹ ਦੌਰ ਸੀ ਕਾਲਾ ਦੌਰ ਉਹ ਹੱਡੀ ਹੰਡਾਇਆ ਦੇਖਿਆ ਕਿ ਹਾਲਾਤ ਉਦੋਂ ਕੀ ਬਣੇ ਸੀ ਅਜਿਹੀ ਹੀ ਪਹਿਲਾਂ ਵੀ ਬਠਿੰਡਾ ਦੇ ਵਿੱਚ ਹੋ ਚੁੱਕੀ ਹੈ ਇਹ 1984 ਤੋਂ ਪਹਿਲਾਂ ਦੀ ਘਟਨਾ ਹੈ ਸਾਡੇ ਨਾਲ ਪਿੰਡ ਦੇ ਵਿੱਚ ਬਠਿੰਡੇ ਤੋਂ 15 ਕਿਲੋਮੀਟਰ ਦੂਰ ਇੱਕ ਪਿੰਡ ਹੈ ਕੋਟ ਸ਼ਮੀਰ ਪੰਜਾਬ ਦੇ ਵੱਡੇ ਪਿੰਡਾਂ ਚੋਂ ਆਉਂਦਾ ਹੈ ਕੋਟ ਸ਼ਮੀਰ ਦਾ ਇੱਕ ਹੁੰਦਾ ਸੀ ਜਿਹਦਾ ਨਾਮ ਸੀ ਦਰਸ਼ਨ ਸਿੰਘ ਉਹਦਾ ਪਰਿਵਾਰ ਜਿਹੜਾ ਹੈਗਾ ਉਹਦਾ ਪੂਰਾ ਜਿਹੜਾ ਜਿਹੜਾ ਸਿੱਖੀ ਦੇ ਵਿੱਚ ਪੂਰਾ ਵਿਸ਼ਵਾਸ ਸੀ ਉਹਦੀ ਵਾਈਫ ਨੇ ਤੇ ਬੱਚਿਆਂ ਨੇ ਆਪਣੇ ਘਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਧਾਰਨ ਪਾਠ ਰਖਵਾ ਲਿਆ ਉਸ ਬੰਦੇ ਨੂੰ ਦਾਰੂ ਪੀਣ ਦੀ ਆਦਤ ਸੀ ਪਰਿਵਾਰ ਨੇ ਕਹਿਤਾ ਸੀ ਕਿ ਜੇ ਤੂੰ ਦਰਸ਼ਨ ਸਿੰਘ ਦਾਰੂ ਪੀਤੀ ਹੈ ਤਾਂ ਮੁੜ ਕੇ ਘਰੇ ਨਾ ਆਈ ਜਿੰਨੀ ਦੇਰ ਭੋਗ ਨਹੀਂ ਪੈਂਦਾ ਦਾਰੂ ਪੀ ਕੇ ਘਰੇ ਨਾ ਕਿਤੇ ਮਰਿਆਦਾ ਭੰਗ ਨਾ ਹੋ ਉਹਨੇ ਬਾਹਰ ਫਿਰਦੇ ਨੇ ਦਾਰੂ ਪੀ ਲਈ ਕਿਤੇ ਸ਼ਹਿਰ 'ਚ ਫਿਰਦਾ ਸੀ ਔਰ ਉਹ ਬੰਦਾ ਦਾਰੂ ਪੀ ਕੇ ਘਰੇ ਚਲਾ ਗਿਆ ਜਦੋਂ ਬੱਚਿਆਂ ਨੇ ਤੇ ਵਾਈਫ ਨੇ ਰੋਕਿਆ ਵੀ ਤੂੰ ਇਹ ਕਈ ਗੱਲ ਕੀਤੀ ਉਹਦੀ ਡਾਂਡ ਅਪ ਕੀਤੀ ਥੋੜ੍ਹੀ ਉਸ ਬੰਦੇ ਨੇ ਨਸ਼ੇ ਦੇ ਪ੍ਰਭਾਵ ਥੱਲੇ ਆ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਤੀ ਸੀ ਮੰਜੀ ਸਾਹਿਬ ਨੂੰ ਲੱਤ ਮਾਰਤੀ ਸੀ ਨਤੀਜਾ ਕੀ ਹੋਇਆ ਉਸ ਵੇਲੇ ਦਾ ਕਿ ਉਸ ਵੇਲੇ ਫਿਰ ਹਾਲਾਤ ਇਹੋ ਜਿਹੇ ਬਣੇ ਸੀ ਅੱਜ ਇਹ ਜਿਹੜੇ ਹਾਲਾਤ ਹੁਣ ਬਣੇ ਲਗਭਗ ਇਹੋ ਜਿਹੇ ਸੀ ਦੋ ਖਾਟ ਤੋਂ ਮੁੰਡਿਆਂ ਨੇ ਇਸ ਗੱਲ ਤੋਂ ਉਤੇਜਿਤ ਹੋ ਕੇ ਕਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਸ ਬੰਦੇ ਨੂੰ ਬੱਸ 'ਚ ਗੋਲੀ ਮਾਰਤੀ ਸੀ ਤੇ ਪੰਜਾਬ ਦੇ ਵਿੱਚ ਜਿਹੜਾ ਖਾੜਕੂਬਾਦ ਦਾ ਜਾਂ ਮਾੜੇ ਹਾਲਾਤ ਦਾ ਮੁੱਢ ਉੱਥੋਂ ਵੱਜਦਾ ਹੈ ਹੁਣ ਮੈਨੂੰ ਖਦਸ਼ਾ ਇਹ ਹੈ ਡਰੇ ਹੈ ਮੈਂ ਬੜਾ ਓਪਨਲੀ ਆਉਂਦੇ ਕਹਿਣਾ ਮੈਨੂੰ ਖਦਸ਼ਾ ਇਹ ਹੈ ਕਿ ਗੁਰਮੇਲ ਸਿੰਘ ਇਸ ਵੇਲੇ ਜੇਲ੍ਹ 'ਚ ਉਹਦਾ 4 ਦਿਨਾਂ ਦਾ ਰਿਮਾਂਡ ਹੈ 4 ਦਿਨਾਂ ਬਾਅਦ ਉਹਨੂੰ ਜੇਲ੍ਹ 'ਚ ਲਾ ਉਸ ਤੋਂ ਬਾਅਦ ਜਦੋਂ ਜੇਲ੍ਹ ਹੋ ਗਿਆ ਤੇ ਇਹ ਸੰਭਾਵਨਾ ਵੀ ਬਣਦੀ ਹੈ ਕਿ ਉਸ ਬੰਦੇ ਦਾ ਕਤਲ ਹੋ ਸਕਦਾ ਹੈ ਅਣਪਛਾਤੀਆਂ ਤਾਕਤ ਦਾ ਕਤਲ ਕਰ ਸਕਦਾ ਹੈ ਉਹਦੇ 'ਚ ਇੰਟਰਨੈਸ਼ਨਲ ਏਜੰਸੀਆਂ ਵੀ ਹੋ ਸਕਦੀਆਂ ਉਹਦੇ ਵਿੱਚ ਸੂਬਾਈ ਏਜੰਸੀਆਂ ਵੀ ਹੋ ਸਕਦੀਆਂ ਉਹਦੇ ਵਿੱਚ ਕੇਂਦਰੀ ਏਜੰਸੀਆਂ ਵੀ ਉਹਦੇ 'ਚ ਹੋ ਸਕਦੀਆਂ ਉਹਦੇ ਵਿੱਚ ਕੁਝ ਉਹ ਤੱਤ ਵੀ ਹੋ ਸਕਦੇ ਆ ਜਿਹੜੇ ਤੱਤਾਂ ਨੂੰ ਉਹਦੇ ਜਿਉਂਦਾ ਰਹਿਣ ਨਾਲ ਫਾਇਦਾ ਨਾ ਹੋਵੇ ਤੇ ਮਰਨ ਨਾਲ ਫਾਇਦਾ ਹੋਵੇ ਇਸ ਕਿਸਮ ਦੇ ਹਾਲਾਤ ਹੋ ਸਕਦੇ ਤੇ ਪੰਜਾਬ ਨੂੰ ਮੁੜ ਕੇ ਫੇਰ ਜਿਹੜਾ ਹੈਗਾ ਬਲਦੀ ਦੇ ਬੂਥੇ ਸਿੱਟਿਆ ਜਾ ਸਕਦਾ ਇਸ ਕਰਕੇ ਹਾਲਾਤ ਬੜੇ ਟੇਢੇ ਹੈ ਜੇ ਅਸੀਂ ਇਹ ਸਾਰਾ ਕੁਝ ਦੇਖੀਏ ਇਹ ਸਾਰੇ ਦਾ ਸਾਰਾ ਕੰਮ ਜਿਹੜਾ ਹੈਗਾ ਮਾਮਲਾ 72 ਘੰਟਿਆਂ 'ਚ ਵਾਪਰ ਰਿਹਾ ਹੈ
ਘਟਨਾਕ੍ਰਮ ਵਾਪਰਦਾ ਹੈ ਇਹਨੂੰ ਤੁਸੀਂ ਛੋਟੀ ਚੀਜ਼ ਨਾ ਸਮਝ ਲਓ, ਇਹ ਬਹੁਤ ਵੱਡੇ ਪੱਧਰ ਦੀ ਇੱਕ ਕੌਂਸਪਰੇਸੀ ਹੈ ਜਿਹੜੀ ਉਹ ਬਣਾਈ ਹੋਈ ਹੈ, ਤੇ ਉਸ ਕੌਂਸਪਰੇਸੀ ਦੇ ਤਹਿਤ ਹੀ ਸਾਰਾ ਕੁਝ ਚੱਲਦਾ ਹੈ। ਤੁਸੀਂ ਇਹ ਦੇਖੋਗੇ ਰਾਮ ਰਹੀਮ ਦੀ ਜਦੋਂ ਪੈਰੋਲ ਜਿਹੜੀ ਹੈਗੀ ਹੈ ਮਨਜ਼ੂਰ ਹੁੰਦੀ ਹੈ, ਪੈਰੋਲ ਮਨਜ਼ੂਰ ਹੋਣ ਦੇ ਨਾਲ ਹੀ ਨਾਲ ਦੀ ਨਾਲ ਹੀ ਉਹਦੀ ਮਾਂ ਪਿੰਡ ਤੋਂ ਜਾਂ ਉਹਦੇ ਡੇਰੇ ਚੋਂ ਉੱਠ ਕੇ ਤੇ ਸਿੱਧੀ ਉਹਨੂੰ ਭੇਜ ਦਿੰਦੇ ਆ, ਗੁਰੂ ਗ੍ਰਾਮ ਭੇਜ ਦਿੰਦੇ ਆ, ਗੁਰੂ ਗ੍ਰਾਮ ਫਿਰ ਉਹਨੂੰ ਮਿਲਾਇਆ ਜਾਂਦਾ ਹੈ ਔਰ ਉਹ ਤੋਂ ਬਾਅਦ ਫਿਰ ਉਹਨੂੰ ਵਾਪਸ ਲਿਆਂਦਾ ਜਾਂਦਾ। ਸਾਰੀਆਂ ਚੀਜ਼ਾਂ ਨੂੰ ਜੇ ਆਪੇ ਦੇਖੀਏ ਤੇ ਨਾਲ ਇਹਦੇ ਵਿੱਚ ਇਹ ਵੀ ਹੈ ਪ੍ਰੇਮੀਆਂ ਦੇ ਵਿੱਚ ਤੇ ਆਮ ਲੋਕਾਂ ਤੇ ਪ੍ਰਭਾਵ ਦੇਣ ਵਾਸਤੇ ਕਿ ਗੁਰਮੇਲ ਸਿੰਘ ਨੇ ਅਰਦਾਸ ਕੀਤੀ ਸੀ ਜੀ ਅਰਦਾਸ ਪੂਰੀ ਹੋ ਗਈ। ਜਿੱਥੋਂ ਤੱਕ ਸਾਪਲਾ ਸਾਹਿਬ ਇਹ ਕਹਿੰਦੇ ਆ ਕਿ ਜੀ ਜਦੋਂ ਉਦੋਂ ਮਾਫ਼ੀ ਦਿੱਤੀ ਸੀਗੀ ਤੇ ਫਿਰ ਉਹਨਾਂ ਉਹਨਾਂ ਦੇ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ, SC ST ਦਾ ਪਰਚਾ ਕਿਉਂ ਨਹੀਂ ਦਰਜ ਕੀਤਾ? ਜਦੋਂ ਮਾਫ਼ੀ ਦਿੱਤੀ ਗਈ ਉਦੋਂ ਸਾਪਲਾ ਸਾਹਿਬ ਤੁਸੀਂ ਵੀ ਉਸ ਸਰਕਾਰ ਦੇ ਹਿੱਸੇਦਾਰ ਸੀ, ਇਹ ਸਵਾਲ ਤਾਂ ਤੁਹਾਨੂੰ ਹੋਣਾ ਚਾਹੀਦਾ। ਇਹ ਦੱਸਿਆ ਜਾਵੇ ਕਿ ਉਹ ਸਿੰਘ ਸਾਹਿਬਾਨ ਨੂੰ ਜਿਹੜੇ ਧਾਰਮਿਕ ਆਗੂ ਹੈ ਉਹਨਾਂ ਧਾਰਮਿਕ ਆਗੂਆਂ ਨੂੰ ਚੰਡੀਗੜ੍ਹ ਦੇ ਤਖ਼ਤ ਤੇ ਬੁਲਾਇਆ ਗਿਆ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜਦੋਂ ਚੰਡੀਗੜ੍ਹ ਵਾਲੇ ਤਖ਼ਤ ਤੇ ਬੁਲਾਇਆ ਜਾਂਦਾ ਹੈ ਤੇ ਕਿਰਪਾ ਕਰਕੇ ਤੁਸੀਂ ਦੱਸੋ ਤੁਸੀਂ ਗੁਨਾਹਗਾਰ ਨਹੀਂ, ਤੁਸੀਂ ਕਿਉਂ ਨਹੀਂ ਬੋਲੇ? ਇਹਦਾ ਮਤਲਬ ਹੈ ਕਿ ਜੋ ਕੁਛ ਹੋਇਆ ਸੀ ਉਹਦੇ ਤੁਸੀਂ ਬਰਾਬਰ ਦੇ ਭਾਗੀਦਾਰ ਸੀ। ਜੇ ਵੋਟਾਂ ਪੈਂਦੀਆਂ 17 ਦੇ ਵਿੱਚ ਤਾਂ ਉਹਨਾਂ ਨੂੰ ਇਕੱਲਿਆਂ ਨੂੰ ਨਹੀਂ ਪੈਂਦੀਆਂ, ਅਕਾਲੀ ਦਲ ਵਾਲਿਆਂ ਨੂੰ, ਤੁਹਾਨੂੰ ਵੀ ਪੈਂਦੀਆਂ। ਜੇ 2012 ਵਿੱਚ ਵੋਟਾਂ ਪਈਆਂ ਤੁਹਾਨੂੰ ਵੀ ਪਈਆਂ, ਅਕਾਲੀਆਂ ਨੂੰ ਵੀ ਪਈਆਂ, ਤੇ ਜੇ 2014 ਚ ਵੋਟਾਂ ਪਈਆਂ ਤੁਹਾਨੂੰ ਵੀ ਪਈਆਂ। ਛੱਜ ਤਾਂ ਬੋਲੇ, ਛੱਣ ਨਹੀਂ ਕੀ ਬੋਲੇ? ਤੁਸੀਂ ਉਹ ਲੋਕ ਹੋ ਲੋਕਾਂ ਨੇ ਪਹਿਲਾਂ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਔਰ ਮੈਂ ਹਵਾਲਾ ਦੇਣਾ ਚਾਹੂੰਗਾ ਇੱਕ ਕਿਤਾਬ ਦਾ, ਆਪਰੇਸ਼ਨ ਬਲਿਊ ਸਟਾਰ ਹੋਇਆ, ਅਸੀਂ ਸਾਰੇ ਲੋਕ ਇੰਦਰਾ ਗਾਂਧੀ ਨੂੰ ਗੁਨਾਹਗਾਰ ਮੰਨਦੇ ਹਾਂ। ਅੱਜ ਤੱਕ ਜਿਹੜਾ ਹੈਗਾ ਨਹਿਰੂ ਗਾਂਧੀ ਖਾਨਦਾਨ ਦਾ ਖਹਿੜਾ ਛੱਡਣ ਨੂੰ ਅਸੀਂ ਤਿਆਰ ਨਹੀਂ, ਹਾਲਾਂਕਿ ਇੰਦਰਾ ਗਾਂਧੀ ਮਾਰੀ ਗਈ ਸੀ। ਲੇਕਿਨ ਮਾਈ ਕੰਟਰੀ ਮਾਈ ਲਾਈਫ ਕਿਤਾਬ ਪੜ੍ਹੋ ਜਿਹੜੀ LK ਅਡਵਾਨੀ ਦੀ ਲਿਖੀ ਵੀ ਹੈ, ਉਹ ਕਹਿੰਦਾ ਇੰਦਰਾ ਗਾਂਧੀ ਆਪਰੇਸ਼ਨ ਬਲਿਊ ਸਟਾਰ ਕਰਨ ਵਾਸਤੇ ਤਿਆਰ ਨਹੀਂ ਸੀ, ਉਹ ਡਰ ਗਈ ਸੀ। ਮੈਂ ਔਰ ਮੇਰੀ ਪਾਰਟੀ ਨੇ ਉਦੋਂ LK ਅਡਵਾਨੀ BJP ਦਾ ਪ੍ਰਧਾਨ ਹੁੰਦਾ ਸੀ, ਮੈਂ ਤੇ ਮੇਰੀ ਪਾਰਟੀ ਨੇ ਪ੍ਰੈਸ਼ਰ ਬਿਲਡ ਕੀਤਾ ਬਣਾਇਆ, ਔਰ ਸਾਡੇ ਪ੍ਰੈਸ਼ਰ ਦੀ ਵਜ੍ਹਾ ਕਾਰਨ ਆਪਰੇਸ਼ਨ ਬਲਿਊ ਸਟਾਰ ਹੋਇਆ ਸੀ। ਉਸ ਵੇਲੇ ਤਾਂ ਆਪਰੇਸ਼ਨ ਬਲਿਊ ਸਟਾਰ ਹੋਇਆ ਸੀ, ਉਹ ਇੱਕ ਬਿਲਡਿੰਗ ਸੀ, ਬਿਲਡਿੰਗ ਤੁਸੀਂ ਤਹਿਸ ਨਹਿਸ ਕਰਤੀ ਇਸ ਇੰਡੀਅਨ ਸਟੇਟ ਨੇ, ਬਿਲਡਿੰਗ ਦੁਬਾਰਾ ਬਣ ਗਈ। ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਰੂਹ ਕਤਲ ਕੀਤੀ ਹੈ ਸਾਪਲਾ ਸਾਹਿਬ, ਤੇਰੀ ਪਾਰਟੀ ਵੀ ਉਦੋਂ ਉਸ ਸਰਕਾਰ ਦੇ ਵਿੱਚ ਹਿੱਸੇਦਾਰ ਸੀ, ਇਹਦਾ ਹਿਸਾਬ ਕੌਣ ਦੇਊਗਾ? ਆਹੀ ਤਾਂ ਗੱਲ ਜਿਹੜੀ ਗੱਲ ਹੈ ਕਿ ਤੁਸੀਂ ਆਪਣੀਆਂ ਰੋਟੀਆਂ ਸੇਕਣ ਵਾਸਤੇ ਇਸ ਕਿਸਮ ਦੇ ਹਾਲਾਤ ਪੈਦਾ ਕਰਦੇ ਹੋ, ਫਿਰ ਸਿਆਸੀ ਰੋਟੀਆਂ ਸੇਕਦੇ ਹੋ, ਇਕੱਠੇ ਤੁਸੀਂ ਸਰਕਾਰਾਂ ਬਣਾਉਣੇ ਹੋ, ਫਿਰ ਤੁਸੀਂ ਅੱਡੋ ਅੱਡੀ ਹੋ ਜਾਂਦੇ ਹੋ, ਉਹ ਸਿੱਖ ਭਾਈਚਾਰੇ ਨੂੰ ਲਾਮਬੰਦ ਕਰਦੇ ਆ, ਤੁਸੀਂ ਹਿੰਦੂ ਭਾਈਚਾਰੇ ਨੂੰ ਲਾਮਬੰਦ ਕਰਦੇ ਹੋ, ਹੁਣ ਵਿੱਚ ਆ ਜਿਹੜਾ ਹੈਗਾ ਦਲ ਭਾਈਚਾਰੇ ਵਾਲਾ ਵਿੱਚ ਪਾ ਲਿਆ ਤੇ ਨਾਲ ਪ੍ਰੇਮੀ ਪਾ ਲਿਆ, ਗੱਲ ਜਾ ਕਿੱਧਰ ਨੂੰ ਰਹੀ ਹੈ? ਇਹ ਸਾਰੀਆਂ ਚੀਜ਼ਾਂ ਨੂੰ ਦੇਖੀਏ ਤਾਂ ਇੱਕ ਬਹੁਤ ਵੱਡੀ ਕੌਂਸਪਰੇਸੀ ਆ, ਔਰ ਇਹ ਬਚਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਇਸ ਕੌਂਸਪਰੇਸੀ ਤੋਂ ਸਾਵਧਾਨ ਹੋਣਾ ਚਾਹੀਦਾ। ਜੀ ਸੁਖਵਿੰਦਰ ਜੀ, ਮੇਰਾ ਇੱਥੇ ਆਖਰੀ ਸਵਾਲ ਹੈ ਕਿ ਜਥੇਦਾਰ ਸਾਹਿਬ ਦਾ ਵੀ ਇਹ ਤੇ ਬਿਆਨ ਹੁਣ ਸਾਹਮਣੇ ਆਇਆ, ਕਿਸ ਤਰ੍ਹਾਂ ਦੇਖਦੇ ਹੋ ਉਸ ਬਿਆਨ ਨੂੰ ਜਿੱਥੇ ਜਥੇਦਾਰ ਸਾਹਿਬ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਨਹੀਂ ਸੀ ਹੋਣੀ ਚਾਹੀਦੀ, ਸਖ਼ਤ ਕਾਰਵਾਈ ਕੀਤੀ ਜਾਵੇ ਉਸ ਵਿਅਕਤੀ ਉੱਤੇ ਜਿਹਨੇ ਇਸ ਤਰ੍ਹਾਂ ਅਰਦਾਸ ਕੀਤੀ ਹੈ? ਦੇਖੋ ਗੱਲ ਹੈ ਵੀ ਕਾਨੂੰਨ ਦੇ ਮੁਤਾਬਕ ਉਹਦੇ ਖਿਲਾਫ ਜੋ ਕਾਰਵਾਈ ਹੋਣੀ ਸੀ ਉਹ ਹੋ ਗਈ। 295A ਦਾ ਕੇਸ ਰਜਿਸਟਰ ਉਹਦੇ ਖਿਲਾਫ ਹੋ ਗਿਆ, ਉਹਦੀ ਗ੍ਰਿਫਤਾਰੀ ਹੋ ਗਈ, ਅਦਾਲਤ ਚ ਉਹਦਾ ਰਿਮਾਂਡ ਹੋ ਗਿਆ। ਉਹਦੀ ਮਨੋਦਸ਼ਾ ਕੀ ਹੈ, ਉਹਦੀ ਉਹਨੂੰ ਹੌਸਲਾ ਕਿੰਨਾ, ਇਹ ਅੰਦਾਜ਼ਾ ਤੁਸੀਂ ਕੱਲ ਲਾ ਸਕਦੇ ਹੋ ਕਿ ਕੱਲ ਉਹਨੇ ਕੋਰਟ ਦੇ ਵਿੱਚ ਵੀ ਨਾਅਰੇਬਾਜ਼ੀ ਕੀਤੀ ਹੈ। ਜੇ ਕੋਰਟ ਦੇ ਵਿੱਚ ਵੀ ਨਾਅਰੇਬਾਜ਼ੀ ਕਰਦਾ ਤੇ BJP ਦੇ ਵਕੀਲ ਉਹਦੇ ਨਾਲ ਖੜੋਤੇ ਆ, BJP ਦੇ ਲੀਡਰ ਉਹਦੇ ਮਗਰਲੇ ਪਾਸੇ ਖੜੋਤੇ ਆ, ਜਿਹੜਾ ਤੁਹਾਡਾ SC ST ਕਮਿਸ਼ਨ ਦਾ ਨੈਸ਼ਨਲ ਚੇਅਰਮੈਨ ਉਹਦੇ ਹੱਕ ਦੇ ਵਿੱਚ ਭੁਗਤ ਰਿਹਾ, ਇਹ ਉਹਦੀ ਹੌਸਲਾ ਅਫਜ਼ਾਈ ਹੈ ਨੰਬਰ ਇੱਕ। ਜਿਹੜੀ ਗੱਲ ਆਪਣੀ ਜਥੇਦਾਰ ਸਾਹਿਬ ਨੇ ਕਹੀ ਹੈ ਕਿ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਹੈ, ਇਹ ਦੇਣੀ ਅਦਾਲਤਾਂ ਨੇ, ਕਿਉਂਕਿ ਜੇ ਅਸੀਂ ਕਹਿੰਦੇ ਉਹਨੂੰ ਪੁਲਿਸ ਸਜ਼ਾ ਦੇ ਦੂਗੀ ਨਹੀਂ ਦੇ ਦੂ, ਮੈਨੂੰ ਕਿਸੇ ਬੰਦੇ ਨੇ ਇਹ ਵੀ ਕਿਹਾ ਸੀ, ਇਹ ਅਫਵਾਹ ਵੀ ਚੱਲਦੀ ਹੈ ਕਿ ਜੀ ਇਹਨੂੰ ਸਿੱਖਾਂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ, ਜੇ ਸਿੱਖਾਂ ਦੇ ਹਵਾਲੇ ਕਰਨਗੇ ਉਸ ਬੰਦੇ ਦਾ ਜਾਨੀ ਨੁਕਸਾਨ ਹੋ ਜਾਂਦਾ ਹੈ, ਅਸੀਂ ਫਿਰ ਜਿਹੜਾ ਉਹਦੇ 'ਚ ਟਾਰਗੇਟ ਹੋਵਾਂਗੇ। ਮੈਂ ਤਾਂ ਨਹੀਂ ਇਹਦੇ ਨਾਲ ਸਹਿਮਤ ਕਿ ਉਹਨੂੰ ਕਾਨੂੰਨ ਦੇ ਮੁਤਾਬਕ ਹੀ ਸਜ਼ਾ ਮਿਲਣੀ ਚਾਹੀਦੀ ਹੈ। ਲੇਕਿਨ ਕੱਲ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ SSP ਨੂੰ ਮੈਮੋਰੈਂਡਮ ਦਿੱਤਾ ਹੈ, ਉਹਨਾਂ ਨੇ ਡਿਮਾਂਡ ਕੀਤੀ ਹੈ ਕਿ 295A ਇਕੱਲੀ ਨਹੀਂ, ਇਹਦੇ ਨਾਲ 120B ਵੀ ਲਾਈ ਜਾਵੇ, ਕਿਉਂਕਿ ਕੌਂਸਪਰੇਸੀ ਕਿਤੇ ਹੋਰ ਰਚੀ ਗਈ ਹੈ, ਸਾਜਿਸ਼ ਕਿਤੇ ਹੋਰ ਰਚੀ ਗਈ ਹੈ। ਔਰ ਮੈਂ ਇਸ ਗੱਲ ਦੀ ਡਿਮਾਂਡ ਕਰਦਾ ਇਸ ਪਲੇਟਫਾਰਮ ਦੇ ਰਾਹੀਂ ਕਿ ਵਾਕਈ 120B ਲਾ ਕੇ ਪੜਤਾਲ ਕੀਤੀ ਜਾਵੇ ਕਿ ਇਸ ਸਾਜਿਸ਼ ਦੇ ਪਿੱਛੇ ਕੌਣ ਕੌਣ ਤੱਕ ਹੈ। ਜੀ ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ। ਮੇਰੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ, ਅਸੀਂ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਕੁਝ ਘਟਨਾਕ੍ਰਮ ਸਾਹਮਣੇ ਆਇਆ, ਉਸ ਤੋਂ ਬਾਅਦ ਜੋ ਕੁਝ ਹੋ ਰਿਹਾ ਰਾਮ ਰਹੀਮ ਦੇ ਮਸਲੇ ਦੇ ਵਿੱਚ, ਕਿਸ ਤਰ੍ਹਾਂ ਸਿਆਸਤ ਕੰਮ ਕਰ ਰਹੀ ਹੈ, ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਪੰਜਾਬੀਸਤਾਨ TV ਨੂੰ ਸਬਸਕ੍ਰਾਈਬ ਕਰੋ, ਮੈਨੂੰ ਇਜਾਜ਼ਤ ਦਿਓ, ਧੰਨਵਾਦ।